हेलो दोस्तों, आज अपना एक बहुत ही जरूरी वीडियो लेके हाजिर हुए हैं। ये वीडियो वो स्टूडेंटों लिए बहुत जरूरी है जिहड़े बीए एलएलबी 5 साल कोर्स करना चाहते हैं किसी भी पंजाब के इंस्टीट्यूट के। आपां डिस्कस करांगे टॉप कॉलेज इन पंजाब दे विच जिथे तुसीं बीए एलएलबी कोर्स कर सकते हो, तो नंबर ऑफ सीट्स कितनियां रहनगियां वह भी तुहाडे नाल इस वीडियो दे विच डिस्कस करन दी कोशिश कर रहे हैं। जिन्हें भी पंजाब एल एल बी या बी एल 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 बी या बी कॉम एल एल बी कोर्स ने तो वह गुरु नानक देव यूनिवर्सिटी उसकी एडमिशन कंडक्ट कर रही है, तो किमें होगी वह अलग तो क्राइटीरिया अलग वीडियो डिस्कस किया हो, उसका लिंक तुम्हें डिस्क्रिप्शन बॉक्स के मिलेगा। हूँ आप जी टॉप कॉलेज इन पंजाब डिस्कस कर जा रहे हैं कि बी एल एल बी 5 साल कोर्स ਕਿਹੜੇ ਕਿਹੜੇ ਕਾਲਜਾਂ ਦੇ ਵਿੱਚ ਅਵੇਲੇਬਲ ਨੇ ਜਿੱਥੇ ਤੁਸੀਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ ਦੇ ਵਿੱਚ ਹੈ, ਤੁਸੀਂ ਬੀ ਏ ਐਲ ਐਲ ਬੀ 5 ਸਾਲਾ ਕੋਰਸ ਜਿਹੜਾ ਕਰ ਸਕਦੇ ਹੋ, ਅਵੇਲੇਬਲ ਆ। ਨੰਬਰ ਆਫ ਸੀਟਸ ਹੈ 120, ਇਹਦੇ ਵਿੱਚ 120 ਸਟੂਡੈਂਟ ਜਿਹੜੇ ਟੇਕ ਐਡਮਿਸ਼ਨ ਲੈ ਸਕਦੇ ਨੇ ਐਡਮਿਸ਼ਨ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਕਿ ਰੀਜਨਲ ਸੈਂਟਰ ਜਲੰਧਰ ਦੇ ਵਿੱਚ ਹੈ, ਉਹਦੇ ਵਿੱਚ ਵੀ ਬੀ ਏ ਐਲ ਐਲ ਬੀ ਕੋਰਸ ਤੁਹਾਨੂੰ ਮਿਲੇਗਾ, 5 ਸਾਲਾ ਕੋਰਸ ਹੈ। तो ये नंबर ऑफ सीट्स जिहड़ियां 60 दे विच नंबर ऑफ सीट्स रहने वालियां ने। इस तो बाद गुरु नानक देव यूनिवर्सिटी रीजनल सेंटर गुरदासपुर दे विच भी जिहड़ा बी ए एल एल बी कोर्स तुहानूं मिलेगा, इहदे विच नंबर ऑफ सीट्स कितनियां रहने वालियां ने तुसीं देख सकदे हो, 80 इहदे विच सीटां रहने वालियां ने, ते स्टूडेंट एडमिशन लै सकदे आ। इस तो बाद बी एम एस कॉलेज ऑफ लॉ बटाला गुरदासपुर दे विच है, तो इहदे विच भी तुसीं बी ए एल एल बी कोर्स कर सकदे हो, ਇਹਦੇ ਵਿੱਚ 80 ਸੀਟਾਂ ਜਿਹੜੀਆਂ ਸਟੂਡੈਂਟ ਨੂੰ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਨੈਕਸਟ ਜਿਹੜਾ ਹੈ ਸੈਟ ਸੋਲਜ ਕਾਲਜ ਆਫ ਲਾ ਜਲੰਧਰ ਦੇ ਵਿੱਚ ਹੈ, ਇਹਦੇ ਵਿੱਚ ਵੀ ਬੀ ਏ ਐਲ ਐਲ ਬੀ ਕੋਰਸ ਤੁਸੀਂ ਕਰ ਸਕਦੇ ਹੋ। ਨੰਬਰ ਆਫ ਸੀਟਸ ਹੈ ਜਿਹੜੀਆਂ 120, ਤੁਹਾਨੂੰ ਨੰਬਰ ਆਫ ਸੀਟਸ ਮਿਲਣਗੀਆਂ, ਮੀਨਸ 120 ਸਟੂਡੈਂਟ ਐਡਮਿਸ਼ਨ ਲੈ ਸਕਦੇ ਇਸ ਕਾਲਜ ਵਿੱਚ, ਇਹ ਕੋਰਸ ਦੇ ਵਿੱਚ। ਇਸ ਤੋਂ ਨੈਕਸਟ ਜਿਹੜਾ ਕਾਲਜ ਹੈ ਕੇ ਸੀ ਐਲ ਇੰਸਟੀਟਿਊਟ ਆਫ ਲਾ ਜਲੰਧਰ ਵਿੱਚ ਹੈ, ਤਾਂ ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ, ਅਤੇ ਨੰਬਰ ਆਫ ਸੀਟਸ ਜਿਹੜੇ 120 ਦੇ ਵਿੱਚ ਨੰਬਰ ਆਫ ਸੀਟਸ ਰਹਿਣਗੀਆਂ। ਉਸ ਤੋਂ ਬਠਿੰਡਾ ਕਾਲਜ ਕਾਲਜ ਆਫ ਲਾ ਬਠਿੰਡਾ ਦੇ ਵਿੱਚ ਹੈ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਆਉਂਦਾ, ਇਸ ਕਰਕੇ ਤੁਸੀਂ ਧਿਆਨ ਦਿਓ ਕਿ ਇਹਦੀ ਫੀਸ ਬਹੁਤ ਘੱਟ ਹੋਵੇਗੀ। ਬੀ ਏ ਐਲ ਐਲ ਬੀ 4 ਸਾਲਾ ਜਿਹੜਾ 5 ਸਾਲਾ ਜਿਹੜਾ ਕੋਰਸ ਹੈ, ਉਹਦੇ ਵਿੱਚ 60 ਤੁਹਾਨੂੰ ਸੀਟਾਂ ਮਿਲਣਗੀਆਂ ਐਡਮਿਸ਼ਨ ਦੇ ਲਈ। ਕਾਲਜ ਆਫ ਲਾ ਸਰਹਿੰਦ ਹੈ, ਬੀ ਏ ਐਲ ਐਲ ਬੀ 4 ਸਾਲਾ ਸੋਰੀ 5 ਸਾਲਾ ਕੋਰਸ ਰਹੇਗਾ, ਨੰਬਰ ਆਫ ਸੀਟਸ ਵਿੱਚ 80 ਰਹਿਣ ਵਾਲੀਆਂ ਨੇ। ਭਾਈ ਗੁਰਦਾਸ ਕਾਲਜ ਆਫ ਲਾ ਸੰਗਰੂਰ ਦੇ ਵਿੱਚ ਮਿਲੇਗਾ ਤੁਹਾਨੂੰ, ਅਤੇ ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਜਿਹੜਾ ਕਰ ਸਕਦੇ ਹੋ। ਨੰਬਰ ਆਫ ਸੀਟਸ ਤੁਹਾਨੂੰ ਦੱਸ ਦੇਈਏ 180 ਜਿਹੜੀਆਂ ਇਹਦੇ ਵਿੱਚ ਸੀਟਾਂ ਰਹਿਣ ਵਾਲੀਆਂ ਨੇ। ਇਸ ਤੋਂ ਬਾਅਦ ਜਿਹੜਾ ਕਿ ਬਾਬਾ ਫਰੀਦ ਕਾਲਜ ਆਫ ਲਾ ਫਰੀਦਕੋਟ ਦੇ ਵਿੱਚ ਹੈ, ਅਤੇ ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ। ਇਹਦੇ ਵਿੱਚ ਨੰਬਰ ਆਫ ਸੀਟਸ ਤੁਹਾਨੂੰ ਦੱਸ ਦਈਏ, ਇਹਦੇ ਵਿੱਚ ਵੀ 180 ਜਿਹੜੀਆਂ ਤੁਹਾਨੂੰ ਸੀਟਾਂ ਮਿਲਣਗੀਆਂ। ਇਸ ਤੋਂ ਬਾਅਦ ਆਪਾਂ ਪੰਜਾਬ ਸਕੂਲ ਆਫ ਲਾਅ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਜਿਹੜਾ ਕੋਰਸ ਹੈ 5 ਸਾਲਾ ਉਹ ਕਰ ਸਕਦੇ ਹੋ। ਉਹਦੇ ਵਿੱਚ ਨੰਬਰ ਆਫ ਸੀਟਸ ਤੁਹਾਨੂੰ ਦੱਸ ਦਈਏ, 120 ਦੇ ਵਿੱਚ ਤੁਹਾਨੂੰ ਸੀਟਾਂ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਗੱਲ ਕਰੀਏ ਰਾਇਤ ਕਾਲਜ ਆਫ ਲਾਅ ਬੀ ਪੀ ਓ ਰੈਲ ਨਾਜਰਾ ਸ਼ਹੀਦ ਭਗਤ ਸਿੰਘ ਨਗਰ, ਇਸਦੇ ਵਿੱਚ ਵੀ ਤੁਹਾਨੂੰ ਬੀ ਏ ਐਲ ਐਲ ਬੀ 5 ਸਾਲਾ ਕੋਰਸ ਮਿਲੇਗਾ, ਅਤੇ ਇਹਦੇ ਵਿੱਚ ਨੰਬਰ ਆਫ ਸੀਟਸ ਦੀ ਗੱਲ ਕਰਦੇ ਹਾਂ, 120 ਤੁਹਾਨੂੰ ਸੀਟਾਂ ਮਿਲਣਗੀਆਂ। ਇਸ ਤੋਂ ਬਾਅਦ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾ ਕਾਲਜ ਆਫ ਡਿਸਟ੍ਰਿਕਟ ਮੋਗਾ ਦੇ ਵਿੱਚ ਹੈ, ਤਾਂ ਗੱਲ ਕਰਦੇ ਹਾਂ ਇਸਦੇ ਬੀ ਏ ਐਲ ਐਲ ਬੀ ਕੋਰਸ ਦੀ, ਅਤੇ ਇਹਦੇ ਵਿੱਚ ਨੰਬਰ ਆਫ ਸੀਟਸ ਕਿੰਨੀਆਂ ਰਹਿਣਗੀਆਂ, 60 ਦੇ ਵਿੱਚ ਨੰਬਰ ਆਫ ਸੀਟਸ ਜਿਹੜੀਆਂ ਰਹਿਣਗੀਆਂ, 60 ਸਟੂਡੈਂਟ ਐਡਮਿਸ਼ਨ ਲੈ ਸਕਦੇ ਨੇ। ਇਸ ਤੋਂ ਬਾਅਦ ਗੁਰੂ ਗੋਬਿੰਦ ਸੋਰੀ ਗੁਰੂ ਹਰਗੋਬਿੰਦ ਇੰਸਟੀਟਿਊਟ ਆਫ ਲਾ ਫਾਰ ਵੂਮੈਨ ਸਿੱਧਵਾਂ ਖੁਰਦ ਲੁਧਿਆਣਾ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ। ਇਹਦੇ ਵਿੱਚ ਨੰਬਰ ਆਫ ਸੀਟਸ ਜਿਹੜੀਆਂ ਤੁਹਾਨੂੰ ਦੱਸ ਦਿੰਦੀ ਹਾਂ, 60 ਦੇ ਵਿੱਚ ਸੀਟਾਂ ਨੇ ਬੀ ਏ ਐਲ ਐਲ ਬੀ ਦੀਆਂ। ਇਸ ਤੋਂ ਬਾਅਦ ਖਾਲਸਾ ਕਾਲਜ ਆਫ ਲਾ ਅੰਮ੍ਰਿਤਸਰ ਹੈ ਦੇ ਵਿੱਚ ਹੈ, ਅਤੇ ਇਹਦੇ ਵਿੱਚ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ, 120 ਦੇ ਵਿੱਚ ਸੀਟਾਂ ਨੇ ਐਡਮਿਸ਼ਨ ਦੇ ਲਈ, ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰੀਏ ਪੰਜਾਬ ਕਾਲਜ ਆਫ ਲਾ ਲਈ ਉਸ਼ਮਾ ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਹੈ,
ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਜਿਹੜਾ ਕਰ ਸਕਦੇ ਹੋ। ਨੰਬਰ ਆਫ ਸੀਟਸ ਦੀ ਗੱਲ ਕਰੀਏ 120 ਜਿਹੜੀਆਂ ਇਹਦੇ ਵਿੱਚ ਸੀਟਾਂ ਰਹਿਣਗੀਆਂ। ਇਸ ਤੋਂ ਬਾਅਦ ਬਹਾਰਾ ਕਾਲਜ ਆਫ ਲਾ ਪਿੰਡ ਬੇਦਪੁਰਾ ਪਟਿਆਲਾ ਦੇ ਵਿੱਚ ਹੈ, ਇਹ ਵੀ ਬੀ ਏ ਐਲ ਐਲ ਬੀ ਕੋਰਸ ਤੁਹਾਨੂੰ ਪ੍ਰੋਵਾਈਡ ਕਰਦਾ ਹੈ। ਅਤੇ ਇਹਦੇ ਵਿੱਚ ਨੰਬਰ ਆਫ ਸੀਟ ਦੀ ਗੱਲ ਕਰੀਏ ਤਾਂ 120 ਜਿਹੜੇ ਇਹਦੇ ਵਿੱਚ ਸਟੂਡੈਂਟ ਐਡਮਿਸ਼ਨ ਲੈ ਸਕਦੇ ਨੇ। ਉਸ ਤੋਂ ਆਰਿਅਨ ਕਾਲਜ ਆਫ ਲਾ ਬਲੇਜ ਹੁੱਡਾ ਤਹਿਸੀਲ ਰਾਜਪੁਰਾ ਦੁਹਾ ਸੋਰੀ ਦੁਹਾ ਉਸ ਬੀ ਇਹਦੇ ਵਿੱਚ ਵੀ ਬੀ ਏ ਐਲ ਐਲ ਬੀ ਕੋਰਸ ਤੁਹਾਨੂੰ ਮਿਲ ਰਿਹਾ ਹੈ। 120 ਦੇ ਵਿੱਚ ਨੰਬਰ ਆਫ ਸੀਟਸ ਨੇ, ਐਡਮਿਸ਼ਨ ਲੈ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰੀਏ ਯੂਨੀਵਰਸਲ ਕਾਲਜ ਆਫ ਲਾ ਬਲੇਜ ਕੋਲਪੁਰ ਤਹਿਸੀਲ ਡੇਰਾਬਸੀ ਐਸ ਏ ਐਸ ਨਗਰ ਮੋਹਾਲੀ, ਇਹਦੇ ਵਿੱਚ ਵੀ ਤੁਹਾਨੂੰ ਬੀ ਏ ਐਲ ਐਲ ਬੀ ਕੋਰਸ ਜਿਹੜਾ ਮਿਲੇਗਾ। ਨੰਬਰ ਆਫ ਸੀਟਸ ਦੀ ਗੱਲ ਕਰੀਏ 120 ਦੀਆਂ ਨੰਬਰ ਆਫ ਸੀਟਸ ਤੁਹਾਨੂੰ ਮਿਲਣਗੀਆਂ, 120 ਸੀਟਾਂ ਇਹਦੇ ਵਿੱਚ ਨੇ। ਉਸ ਤੋਂ ਬਾਅਦ ਸਿਟੀ ਇੰਸਟੀਟਿਊਟ ਆਫ ਲਾ ਹੁਸ਼ਿਆਰਪੁਰ ਜਲੰਧਰ ਦੇ ਵਿੱਚ ਹੈ, ਇਹਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀ ਏ ਐਲ ਐਲ ਬੀ ਜਿਹੜਾ 5 ਸਾਲਾ ਕੋਰਸ ਹੈ, ਉਹਦੇ ਵਿੱਚ 120 ਜਿਹੜੀਆਂ ਸੀਟਾਂ ਤੁਹਾਨੂੰ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਰਾਜ ਦੁਬਾਰਾ ਕਾਲਜ ਆਫ ਲਾ ਪੋਹਟ ਹੁਸ਼ਿਆਰਪੁਰ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ। 120 ਜਿਹੜੀਆਂ ਤੁਹਾਨੂੰ ਸੀਟਾਂ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਪੰਜਾਬ ਕਾਲਜ ਆਫ ਲਾ ਵਿਲੇਜ ਸਰਕਪੁਰਾ ਬੀ ਪੀ ਓ ਚੁੰਨੀ ਫਤਿਹਗੜ੍ਹ ਸਾਹਿਬ, ਇਹਦੇ ਵਿੱਚ ਵੀ ਤੁਹਾਨੂੰ ਬੀ ਏ ਐਲ ਐਲ ਬੀ ਜਿਹੜਾ ਕੋਰਸ ਮਿਲੇਗਾ, ਤੁਸੀਂ ਕਰ ਸਕਦੇ ਹੋ। ਨੰਬਰ ਆਫ ਸੀਟਸ ਦੀ ਗੱਲ ਕਰੀਏ ਇਹਦੇ ਵਿੱਚ 120 ਜਿਹੜੀਆਂ ਇਹਦੇ ਵਿੱਚ ਸੀਟਾਂ ਮਿਲਣਗੀਆਂ ਤੁਹਾਨੂੰ। ਨੈਕਸਟ ਗੱਲ ਕਰਦੇ ਹਾਂ ਨੈਨਸੀ ਕਾਲਜ ਆਫ ਲਾ ਸਮਾਨਾ ਡਿਸਟ੍ਰਿਕਟ ਪਟਿਆਲਾ, ਇਹਦੇ ਵਿੱਚ ਵੀ ਤੁਸੀਂ ਬੀ ਐਲ ਐਲ ਬੀ ਕੋਰਸ ਕਰ ਸਕਦੇ ਹੋ। ਨੰਬਰ ਆਫ ਸੀਟਸ ਜਿਹੜੀਆਂ 120 ਦੇ ਵਿੱਚ ਰਹਿਣ ਵਾਲੀਆਂ ਨੇ, ਮਤਲਬ ਕਿ 120 ਸਟੂਡੈਂਟ ਐਡਮਿਸ਼ਨ ਲੈ ਸਕਦੇ। ਅੰਮ੍ਰਿਤਸਰ ਲਾ ਕਾਲਜ ਜਿਹੜਾ ਅੰਮ੍ਰਿਤਸਰ ਲਾ ਕਾਲਜ ਅੰਮ੍ਰਿਤਸਰ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਹਾਨੂੰ ਬੀ ਏ ਐਲ ਐਲ ਬੀ ਕੋਰਸ ਜਿਹੜਾ ਮਿਲੇਗਾ, 5 ਈਅਰ ਜਿਹੜਾ ਇੰਟੀਗ੍ਰੇਟਿਡ ਕੋਰਸ ਹੈ। ਨੰਬਰ ਆਫ ਸੀਟਸ ਦੀ ਗੱਲ ਕਰੀਏ 120 ਜਿਹੜੀਆਂ ਤੁਹਾਨੂੰ ਸੀਟਾਂ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਆਰਮੀ ਇੰਸਟੀਟਿਊਟ ਆਫ ਲਾ ਮੋਹਾਲੀ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ। ਨੰਬਰ ਆਫ ਸੀਟਸ ਜਿਹੜੀਆਂ 100 ਨੰਬਰ ਆਫ ਸੀਟਸ ਜਿਹੜੀਆਂ 100 ਦੇ ਵਿੱਚ ਰਹਿਣਗੀਆਂ, ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਉਸ ਤੋਂ ਬਾਅਦ ਗੌਰਮੈਂਟ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਹੈ, ਪੰਜਾਬੀ ਯੂਨੀਵਰਸਿਟੀ ਐਫੀਲੇਟਡ ਕਾਲਜ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਕੋਰਸ ਕਰ ਸਕਦੇ ਹੋ। ਨੰਬਰ ਆਫ ਸੀਟਸ ਦੀ ਗੱਲ ਕਰੀਏ 120 ਦੇ ਵਿੱਚ ਰਹਿਣ ਵਾਲੀਆਂ ਨੇ। ਜਿੰਨੇ ਵੀ ਆਪਾਂ ਯੂਨੀਵਰਸਿਟੀਆਂ ਜਾਂ ਕਾਲਜ ਡਿਸਕਸ ਕੀਤੇ ਨੇ, ਉਹਦੀ ਇੱਕ ਸੈਪਰੇਟ ਵੀਡੀਓ ਬਣਾ ਕੇ ਅਪਲੋਡ ਕਰ ਰੱਖੀ ਆ। ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 3 ਸਾਲਾ ਐਲ ਐਲ ਬੀ ਕੋਰਸ ਹੈ, ਉਹਦੇ ਬਾਰੇ ਡਿਸਕਸ ਕੀਤਾ ਹੋਇਆ। ਉਸ ਤੋਂ ਬਾਅਦ 5 ਈਅਰ ਜਿਹੜਾ ਕੋਰਸ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਦੇ ਬਾਰੇ ਵੀ ਡਿਟੇਲ ਵੀਡੀਓ ਬਣਾਈ ਹੋਈ ਹੈ, ਤੁਸੀਂ ਪਲੀਜ਼ ਦੇਖਿਓ ਜ਼ਰੂਰ। 3 ਸਾਲਾ ਕੋਰਸ ਹੈ ਜਿਹੜਾ ਲਾਅ, ਉਹਦੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਡਿਟੇਲ ਵੀਡੀਓ ਅਪਲੋਡ ਕੀਤੀ ਹੋਈ ਹੈ, ਤੁਸੀਂ ਜ਼ਰੂਰ ਦੇਖਿਓ, ਵਿਜਿਟ ਕਰਿਓ, ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਇਸ ਤੋਂ ਬਾਅਦ ਗੱਲ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬੀ ਏ ਐਲ ਐਲ ਬੀ ਜਿਹੜਾ ਕੋਰਸ ਹੈ। ਨੰਬਰ ਆਫ ਸੀਟਸ ਜਿਹੜੀਆਂ ਇਹਦੇ ਵਿੱਚ 30 ਜਿਹੜੀਆਂ ਸੀਟਾਂ ਮਿਲਣਗੀਆਂ ਤੁਹਾਨੂੰ ਐਡਮਿਸ਼ਨ ਦੇ ਲਈ। ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਲਾਅ ਕਾਲਜ ਚੰਚੇਰੀ ਮੋਹਾਲੀ ਦੇ ਵਿੱਚ ਹੈ, ਇਹਦੇ ਵਿੱਚ ਵੀ ਤੁਸੀਂ ਬੀ ਏ ਐਲ ਐਲ ਬੀ ਜਿਹੜਾ ਕੋਰਸ ਕਰ ਸਕਦੇ ਹੋ। ਅਤੇ ਨੰਬਰ ਆਫ ਸੀਟ ਦੀ ਗੱਲ ਕਰੀਏ 120 ਜਿਹੜੀਆਂ ਇਹਦੇ ਵਿੱਚ ਸੀਟਾਂ ਤੁਹਾਨੂੰ ਮਿਲਣਗੀਆਂ ਐਡਮਿਸ਼ਨ ਦੇ ਲਈ। ਇਸ ਤੋਂ ਬਾਅਦ ਸ਼੍ਰੀ ਸੁਖਮਣੀ ਕਾਲਜ ਆਫ ਲਾਅ ਡੇਰਾਬੱਸੀ ਮੋਹਾਲੀ ਦੇ ਵਿੱਚ ਹੈ, ਤਾਂ ਦੇਖ ਸਕਦੇ ਹੋ ਇਹਦੇ ਵਿੱਚ ਬੀ ਏ ਐਲ ਐਲ ਬੀ ਕੋਰਸ ਤੁਹਾਨੂੰ ਮਿਲੇਗਾ, ਤੁਸੀਂ ਕਰ ਸਕਦੇ ਹੋ। ਨੰਬਰ ਆਫ ਸੀਟਸ ਦੀ ਗੱਲ ਕਰੀਏ 60 ਦੇ ਵਿੱਚ ਸੀਟਾਂ ਰਹਿਣ ਵਾਲੀਆਂ ਨੇ। ਸਾਰੇ ਹੀ ਜਿੰਨੇ ਵੀ ਆਪਾਂ ਬੀ ਏ ਐਲ ਐਲ ਬੀ ਕੋਰਸ ਨੇ ਉਹ ਡਿਸਕਸ ਕਰ ਚੁੱਕੇ ਹਾਂ। ਜਿਹੜੀ ਨੈਕਸਟ ਵੀਡੀਓ ਹੋਵੇਗੀ, ਦੇਖ ਸਕਦੇ ਹੋ ਤੁਸੀਂ ਨੈਕਸਟ ਵੀਡੀਓ ਕਿਸ ਦੇ ਰਿਗਾਰਡਿੰਗ ਹੋਵੇਗੀ। ਬੀ ਕੌਮ ਐਲ ਐਲ ਬੀ ਜਿਹੜਾ 5 ਈਅਰ ਕੋਰਸ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਕਾਲਜ ਨਾ, ਉਹ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਉਸਦਾ ਇਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕੀਤਾ ਜਾਵੇਗਾ। ਜਦੋਂ ਵੀ ਅਸੀਂ ਵੀਡੀਓ ਅਪਲੋਡ ਕੀਤੀ ਤਾਂ ਤੁਸੀਂ ਵੇਟ ਕਰੋ, ਜਿਹੜੇ ਐਲ ਐਲ ਬੀ ਕਰਨਾ ਚਾਹੁੰਦੇ ਵਿਦ ਬੀ ਕੌਮ ਐਲ ਐਲ ਬੀ, ਉਹ ਇਹ ਵੀਡੀਓ ਜ਼ਰੂਰ ਦੇਖਿਆ ਸੀ। ਜਿਹੜੀ ਹੁਣ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੋਇਆ ਉਹ ਬੀ ਏ ਐਲ ਐਲ ਬੀ ਕੋਰਸ ਕੀਤਾ। ਜੇਕਰ ਕਿਸੇ ਸਟੂਡੈਂਟ ਨੂੰ ਕੋਈ ਵੀ ਡਾਊਟ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। ਇੰਸਟਾਗ੍ਰਾਮ ਅਕਾਊਂਟ ਹੈ ਸਾਡਾ ਜੀਵੀ ਸਟੇਸ਼ਨ, ਜਾਂ ਫਿਰ ਟੈਲੀਗ੍ਰਾਮ ਚੈਨਲ ਸਾਡਾ ਹੈ ਜੀਵੀ ਸਟੇਸ਼ਨ ਦੇ ਨਾਮ 'ਤੇ, ਤੁਸੀਂ ਸਾਨੂੰ ਟੈਲੀਗ੍ਰਾਮ ਚੈਨਲ 'ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਜੋ ਵੀ ਡਾਊਟ ਹੈ ਸਾਨੂੰ ਡੀਐਮ ਕਰ ਸਕਦੇ ਹੋ, ਮੈਸੇਜ ਦੇ ਥਰੂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਦਾ ਡਾਊਟ ਕਲੀਅਰ ਕਰ ਸਕਦੇ ਹੋ।
ਜੇਕਰ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਇਸ ਵੀਡੀਓ ਤੇ ਕਮੈਂਟ ਕਰਿਓ, ਜੋ ਵੀ ਤੁਹਾਡਾ ਡਾਊਟ ਹੈ ਸਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।